साहब श्री गुरु ग्रंथ साहब महाराज जी की गोद विच सज बैठी सत्कारयोग गुरु प्यारी गुरु सवारी साध संगत जी, आओ सब तो पहला बुलाओ फतेह आखो वाहिगुरु जी का खालसा वाहिगुरु जी की फतेह। मैं अपनी गल शुरू करन तो पहला ਤੁਹਾਨੂੰ ਦਿੱਲੀ ਲੈ ਕੇ ਜਾਣਾ ਚਾਹੁੰਦਾ। ਉੱਥੇ ਤੁਹਾਡਾ ਜਥੇਦਾਰ ਬੈਠਾ, ਮੈਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਪ ਜੀ ਦੇ ਵਿੱਚ ਰਿਹਾ ਹਾਂ। ਉਹਨਾਂ ਨੂੰ ਯਾਦ ਕਰਨਾ, ਕਿਉਂਕਿ ਉਹਨਾਂ ਦਾ ਨਾਂ ਅੱਜ ਸਾਡੇ ਬੱਚੇ ਬੱਚੇ ਦੇ ਦਿਲ ਦੇ ਵਿੱਚ ਧੜਕ ਰਿਹਾ। ਜੇ ਦਿਲ ਦੀ ਧੜਕਣ ਅਸੀਂ ਨਹੀਂ ਵੇਖਾਂਗੇ ਫਿਰ ਇਲਾਜ ਨਹੀਂ ਹੋ ਸਕਦਾ। ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਨਾਂ ਦਾ ਮੈਂ ਇੱਕ ਜਕਾਰਾ ਬੁਲਾਊਂਗਾ, ਉਹਨਾਂ ਦੀ ਫਤਿਹ ਸਾਂਝੀ ਕਰੂੰਗਾ ਆਪ ਜੀ ਦੇ ਨਾਲ। ਬੋਲੇ ਸੋ ਨਿਹਾਲ, ਉਹਨਾਂ ਨੇ ਆਪ ਸਾਰੀਆਂ ਸੰਗਤਾਂ ਨੂੰ ਗੁਰਫਤਿਹ ਬੁਲਾਈ ਹੈ, ਸੋ ਉਹਨਾਂ ਦੀ ਫਤਿਹ ਵੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੇ ਕੋਲ ਉਹ ਸ਼ਬਦ ਨਹੀਂ ਹਨ ਜਿਨ੍ਹਾਂ ਦੇ ਨਾਲ ਮੈਂ ਆਪ ਜੀ ਦਾ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਦਾ ਧੰਨਵਾਦ ਕਰ ਸਕਾਂ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਆਵਾਜ਼ ਆਉਂਦੀ ਹੈ ਫਿਰ ਸਾਰੀ ਕੌਮ ਦਾ ਧਿਆਨ ਲੱਗ ਜਾਂਦਾ। ਇਹ ਇੱਕ ਵੱਖਰੀ ਗੱਲ ਹੈ ਕਿ ਕੁਝ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਨੂੰ ਸਿਧਾਂਤਾਂ ਦੇ ਉੱਤੇ ਨਹੀਂ ਚਲਾਇਆ। ਕੌਮ ਅਲੱਗ ਥਲੱਗ ਹੋ ਗਈ। ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ। ਤੁਸੀਂ ਮੰਗਾਂ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਕਿ ਅੱਜ ਸਾਡੀ ਉਹ ਮੰਗ ਪੂਰੀ ਵਾਹਿਗੁਰੂ ਨੇ ਕੀਤੀ ਹੈ ਜਿਹਦੀ ਹਰ ਦਿਲ ਦੀ ਧੜਕਣ ਦੇ ਵਿੱਚੋਂ ਆਵਾਜ਼ ਸੁਣਦੀ ਸੀ। ਸਾਰੀ ਸਿੱਖ ਕੌਮ, ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ, ਅੱਜ ਉਹ ਫਿਰ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਥੱਲੇ ਇੱਕ ਆਵਾਜ਼ ਬਣ ਕੇ ਖੜੇ ਨੇ। ਇਹ ਜਿਹੜੀ ਏਕਤਾ ਹੈ, ਇਹ ਧਿਆਨ ਸਿੰਘ ਮੰਡ ਨੇ, ਦਾਦੂਵਾਲ ਸਾਹਿਬ ਨੇ, ਹਵਾਰਾ ਸਾਹਿਬ ਨੇ, ਭਾਈ ਅਮਰੀਕ ਸਿੰਘ ਉਹਨਾਂ ਨੇ ਨਹੀਂ ਕਰਾਈ, ਇਹ ਗੁਰੂ ਸਾਹਿਬ ਨੇ ਕਰਵਾਈ ਹੈ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਗੁਰੂ ਸਾਹਿਬ ਦੀ ਸ਼ਹਾਦਤ ਹੋਈ ਹੈ। ਜਦੋਂ ਸ਼ਹਾਦਤ ਹੁੰਦੀ ਹੈ ਗੁਰੂ ਸਾਹਿਬ ਦੀ, ਫਿਰ ਤਬਦੀਲੀ ਆਉਂਦੀ ਹੈ, ਫਿਰ ਹਾਲਾਤ ਬਦਲਦੇ ਨੇ। ਆਪਾਂ ਸਾਰਿਆਂ ਨੇ 1 ਜੂਨ ਤੋਂ ਮੋਰਚਾ ਲਾਇਆ, ਉਸ ਮੋਰਚੇ ਦੇ ਅੰਦਰ ਸਾਰਿਆਂ ਨੇ ਮੇਰੇ ਨਾਲੋਂ ਵੱਧ ਯੋਗਦਾਨ ਪਾਇਆ। ਬੀਬੀਆਂ ਭੈਣਾਂ ਨੇ, ਬਜ਼ੁਰਗਾਂ ਨੇ, ਨੌਜਵਾਨਾਂ ਨੇ, ਜਥੇਬੰਦੀਆਂ ਨੇ, ਪ੍ਰਸ਼ਾਸਨ ਨੇ ਵੀ
और संतां महापुरुषां ने, सिंह साहिबाना ने एक सुरता विखाई। अज साढ़े छे महीनों के बाद अज मोर्चा अपने आप बोल रहा है। अज इस मोर्चे ने दुनिया के विच एक ऐसी तब्दीली लियांदी। उस तब्दीली दे अगे वड्डे वड्डे बुरज मनारे ਉਹ ਮਿੱਟੀ ਵਿੱਚ ਮਿਲਦੇ ਨਜ਼ਰ ਆ ਰਹੇ ਨੇ। ਸਾਧ ਸੰਗਤ ਜੀ, ਤੁਸੀਂ ਸਾਨੂੰ ਜਥੇਦਾਰ ਮੰਨਿਆ, ਸਾਡਾ ਫਰਜ਼ ਹੈ ਤੁਹਾਡੇ ਵਾਸਤੇ ਲੜਨਾ, ਤੁਹਾਡੇ ਵਾਸਤੇ ਕਰਨਾ। ਆਪਣੇ ਗੁਰੂ ਸਾਹਿਬ ਦੀ ਫਲਾਸਫੀ ਦੇ ਮੁਤਾਬਕ ਆਪਣੇ ਆਪ ਨੂੰ ਚਲਾਉਣਾ। हो सकता असी हजारां गलतियां कीतियां होण, पर मैं जिन्ना तुसी हुण तक सेवा कीती है, भावना विखाई है, मेरे कोल कोई शब्द नहीं कि तुहाडा धन्नवाद कीता जावे। तुसी सरकारां चकाईयां, तुसी पार्टियां चकाईयां, तुसी बहुत कुछ कीता, पर साध संगत जी इल्जामबाजी बड़ी हुंदी है। जेड़े जरनैल लड़ाई लड़दे हो वो इल्जामां नूं नहीं वेखदे, अपना रस्ता चुनदे ने। असी रस्ता चुनिया, बड़े इल्जाम लगे पर संगतां ने जवाब दिता। दादूवाल साहब दे उत्ते, मेरे उत्ते, अजनाला साहब दे उत्ते, ते मैं स्पष्ट करना चाहना साध संगत के दादूवाल साहब से करोड़ों के इल्जाम लगे ने, पर मैं बड़े विश्वास नाल कह सकदा, लोग कहिंदे पैसा इकट्ठा करी जांदे ने, करोड़ों रुपया आ गया, ये पैसे खाने वास्ते बैठे ने। पर मैं अज पहला स्पष्ट करूंगा, अगली गल बाद करूंगा। दादूवाल साहब ने मोर्चे दे विच्चों एक भी पैसा नहीं लिया। सारे ख्याल नाल सुन लो, अगर अजनाला साहब, दादूवाल साहब आ सारियां जथेबंदियां इत्थे आईयां ने जां संगतां आईयां ने, ए आपो अपने तिल फुल पैसे दे नाल आईयां ने, इन्हां नूं किसे नूं भी मोर्चे दे विच्चों दस पैसे नहीं दित्ते गए। इंटैलीजेंसी नूं, मैं CID नूं, पूरे देश नूं, IB नूं भी दसना चाहुंदा कि साडे कोल 1 जून तो लैके अज तक हर दिन का हिसाब किताब लिखिया पिया, रजिस्टर तैयार ने, बई किन्ना पैसा आया, हर रोज किन्ना खर्च होया, कुल पैसा साढ़े 6 महीनों तक किन्ना आया ते किन्ना बच गया। ओ मैं तुहानू फिगर दसनी चाहुंदा छोटे जे शब्दां दे विच, 1,48,00,000 रुपया इस मोर्चे दे विच तुहाडा तिल फुल भेटा ही, 1,48,00,000 तुहाडे वल्लों दित्ता होया तिल फुल इत्थे हाजिर होया। उहदे विचों आ 22,00,000 रुपया स्टेज ते पिया, 22,00,000 रुपया ये बच गया, बाकी भाई खर्चा हो गया। जेड़ा मर्जी कला कला बंदा हिसाब ले सकता, आ पैसा जेड़ा कौम दा, जेड़ा पंथ दा,
ਇਹ ਪੈਸਾ ਮੈਂ ਅੱਜ ਖਾਲੀ ਹੱਥ ਘਰੋਂ ਆਇਆ ਸੀ ਤੇ ਮੈਂ ਖਾਲੀ ਹੱਥ ਹੀ ਰਹਿਣਾ ਚਾਹੁੰਦਾ। ਇਹ 22 ਲੱਖ ਰੁਪਈਆ ਪੰਥ ਦਾ, ਇਹ ਜਿੱਥੇ ਮਰਜ਼ੀ ਪੰਥੇ ਨੂੰ ਲੈ ਜਾਵੇ, ਮੈਨੂੰ ਨਹੀਂ ਚਾਹੀਦੇ। ਇਹ ਪੈਸੇ ਤੁਹਾਡੇ ਨੇ ਆ ਪਿਆ ਜੇ ਟੇਬਲ ਦੇ ਉੱਤੇ। ਸੋ ਸਾਧ ਸੰਗਤ, ਮੈਂ ਬੇਨਤੀ ਕਰਨੀ ਚਾਹੁੰਦਾ, ਲੜਾਈ ਦੇ ਕਈ ਤਰੀਕੇ ਨੇ ਲੜਨ ਦੇ, ਆਪਾਂ ਸਾਰੀਆਂ ਲੜਾਈਆਂ ਲੜੀਆਂ ਨੇ, ਪਰ ਜਿਹੜਾ ਫਾਰਮੁਲ ਬਰਗਾੜੀ ਮੋਰਚੇ ਦੇ ਵਿੱਚ ਸਿੱਧ ਹੋਏ, ਇਹਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਗਿਆ, ਪੂਰੀ ਦੁਨੀਆ ਦੇ ਵਿੱਚ। ਔਰ ਇਸ ਪ੍ਰੋਗਰਾਮ ਨੂੰ ਹਰ ਸੱਚੇ ਸਿੱਖ ਨੇ, ਇਨਸਾਫ ਪਸੰਦ ਲੋਕਾਂ ਨੇ ਇਹਦਾ ਸਾਥ ਦਿੱਤਾ। ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕੌਣ ਨਾਲ ਹੈ ਕੌਣ ਨਹੀਂ ਨਾਲ। ਮੈਂ ਤੁਹਾਡਾ ਜਥੇਦਾਰ, ਕਾਰਜਕਾਰੀ ਦੂਜੇ ਜਥੇਦਾਰ ਮੇਰੇ ਸਾਥੀ ਨੇ। ਭਰਾਓ, ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ, ਆ ਗੱਲ ਸਾਰੀ ਤਾਂ ਬਣੀ ਹੈ। ਅਸੀਂ ਤੁਹਾਡੇ ਤੇ 100 ਨਹੀਂ, 100 ਤੋਂ ਵੱਧ ਪਰਸੈਂਟ ਵਿਸ਼ਵਾਸ ਕਰਦੇ ਹਾਂ। ਆ ਦੇਖਿਓ ਕਿਤੇ ਜਿਹੜੇ ਇੱਥੇ ਨਹੀਂ ਆਏ, ਜਿਹੜੇ ਵਿਰੋਧੀ ਨੇ, ਉਹਨਾਂ ਦੇ ਮਗਰ ਲੱਗ ਕੇ ਆਪਣਾ ਵਿਸ਼ਵਾਸ ਨਾ ਖਤਮ ਹੋ ਜਾਵੇ ਇੱਕ ਦੂਜੇ ਦਾ। ਇਸ ਵਿਸ਼ਵਾਸ ਨੂੰ, ਇਸ ਭਾਵਨਾ ਨੂੰ ਆਪਾਂ ਸਾਰਿਆਂ ਨੇ ਇਸ ਤੋਂ ਵੀ ਪੱਕਾ ਕਰਨਾ। ਹਾਲੇ ਤਾਂ ਮੋਰਚਾ ਸ਼ੁਰੂ ਹੋਇਆ, ਤੁਸੀਂ ਮੋਰਚੇ ਦਾ ਅੰਤ ਵੇਖਿਓ। ਤੁਸੀਂ ਤਾਂ ਦਿਮਾਗ ਵਿੱਚ ਉਹ ਕੁਝ ਸੋਚਿਆ ਨਹੀਂ ਹੋਣਾ ਜੋ ਇਸ ਸ਼ਾਂਤਮਈ ਮੋਰਚੇ ਨੇ ਤੁਹਾਨੂੰ ਪ੍ਰਾਪਤ ਕਰਕੇ ਦੇਣਾ। ਮੈਂ ਤੁਹਾਨੂੰ ਵਾਰ ਵਾਰ ਕਹਿਣਾ, ਵੇਖਿਓ ਕਿਤੇ ਲੜ ਨਾ ਪਿਓ। ਮੈਂ ਲੜਾਈ ਨਹੀਂ ਚਾਹੁੰਦਾ, ਮੈਂ ਪਿਆਰ ਚਾਹੁੰਦਾ, ਔਰ ਮੈਂ ਪਿਆਰ ਦੀ ਖਾਤਰ ਪਰਿਵਾਰ ਪਹਿਲਾਂ ਵੀ ਲਾਇਆ, ਹੁਣ ਵੀ ਲਾਉਣ ਵਾਸਤੇ ਤਿਆਰ ਹਾਂ। ਕਿਸੇ ਸਰਕਾਰ ਨਾਲ ਸੌਦਾ ਨਹੀਂ ਹੋਇਆ, ਨਾ ਕੋਈ ਸਾਡੇ ਨਾਲ ਸੌਦਾ ਕਰ ਸਕਦਾ। ਜੇ ਸਰਕਾਰ ਇੱਥੇ ਆਈ ਤੇ ਤੁਹਾਡੀ ਜੱਦੋਜਹਿਦ ਕਰਕੇ ਆਈ, ਤੁਹਾਡੀ ਏਕਤਾ ਕਰਕੇ ਆਈ, ਤੁਹਾਡੇ ਇਕੱਠ ਦਾ ਕਰਕੇ ਆਈ, ਨਹੀਂ ਤਾਂ ਸਰਕਾਰ 1 ਜੂਨ ਨੂੰ ਇੱਥੇ ਆ ਜਾਣੀ ਸੀ। ਸੋ ਸਾਧ ਸੰਗਤ, ਸਰਕਾਰ ਕੀ ਕਹਿ ਕੇ ਗਈ ਆ? ਦਾਦੂਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਉਹਨਾਂ ਤੋਂ ਵੀ ਸੁਣਿਆ, ਪਰ ਬਹੁਤ ਕੁਛ ਆਪਾਂ ਨੇ ਹਾਸਲ ਕਰ ਲਿਆ, ਆਪਾਂ ਅਜੇ ਬਹੁਤ ਕੁਛ ਹਾਸਲ ਕਰਨਾ। ਮੈਂ ਚਾਹੁੰਦਾ ਹਾਂ ਜਿੱਥੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੁਕੇ, ਉੱਥੇ ਇਨਸਾਫ ਪਸੰਦ ਸਿੱਖਾਂ ਦੇ, ਇਨਸਾਫ ਪਸੰਦ ਲੋਕਾਂ ਦੇ ਹੱਥ ਦੇ ਵਿੱਚ ਰਾਜ ਭਾਗ ਅਗਲਾ ਆਉਣ ਵਾਲਾ ਆਵੇ। ਮੈਂ ਪਹਿਲੇ ਦਿਨ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਧਾਰਮਿਕ ਤੇ ਰਾਜਨੀਤਿਕ ਦੋਵੇਂ ਤਰ੍ਹਾਂ ਦੀ ਅਗਵਾਈ ਦਿੰਦਾ। ਇਹ ਧਰਮ ਤੇ ਸਿਆਸਤ ਦਾ ਪਹਿਰੇਦਾਰ ਹੈ, ਔਰ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ
ਜਿਹੜਾ ਇਸ ਲਹਿਰ ਦੀ ਵਿਰੋਧਤਾ ਕਰੂਗਾ, ਜਿਹੜਾ ਇਸ ਮੋਰਚੇ ਦੀ ਵਿਰੋਧਤਾ ਕਰੂਗਾ, ਉਹ ਦੁਨੀਆਂ ਦੇ ਨਕਸ਼ੇ ਦੇ ਵਿੱਚ ਨਹੀਂ ਰਹਿ ਸਕਦਾ। ਮੇਰੀ ਗੱਲ ਯਾਦ ਰੱਖਿਓ, ਅੱਜ 6.5 ਮਹੀਨੇ ਹੋ ਗਏ ਨੇ, ਤੁਸੀਂ ਵੇਖਿਆ 25 ਤਰੀਕ ਨੂੰ ਇੱਥੇ ਕੀ ਵਾਪਰਿਆ। ਜਿਹੜੇ ਲੋਕ ਸੰਗਤਾਂ ਮੈਨੂੰ ਮਿਲਣ ਵਾਸਤੇ ਆਉਂਦੀਆਂ ਸੀ, ਉਹ ਮੈਨੂੰ ਵੱਖਰੇ ਤੌਰ ਤੇ ਗੱਲ ਕਹਿੰਦੀਆਂ ਸੀ, ਜਥੇਦਾਰ ਜੀ ਮੋਰਚੇ ਨੂੰ ਕੋਈ ਅਗਲੀ ਰੂਪ ਰੇਖਾ ਵੀ ਦਿਓ, ਕੁਛ ਕਰੋ ਵੀ। ਪਰ ਮੈਂ ਹੈਰਾਨ ਹੋਇਆ, ਹਾਲੇ ਮੇਰੇ ਮਨ ਚ ਗੱਲ ਸੀ ਕਿ ਮੈਂ ਕਹਾਂ, ਮੈਂ ਉਦੋਂ ਹੈਰਾਨ ਹੋਇਆ ਜਦੋਂ ਸਮੁੱਚੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਜਿਹੜੀਆਂ ਸਿਆਸਤ ਦੇ ਨਾਲ ਸੰਬੰਧ ਰੱਖਦੀਆਂ ਨੇ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ। ਇੱਕ ਬਹੁਤ ਵੱਡੀ ਪਲੰਘ ਸੀ, ਇੱਕ ਬੜੀ ਵੱਡੀ ਸ਼ੁਰੂਆਤ ਸੀ। ਇਸ ਤੋਂ ਖਤਰਾ ਕਾਂਗਰਸ ਨੂੰ, ਇਸ ਤੋਂ ਖਤਰਾ ਬਾਦਲ ਨੂੰ, ਇਸ ਤੋਂ ਖਤਰਾ ਹੋਰਨਾਂ ਨੂੰ। ਪਰ ਜਦੋਂ ਦਰਿਆ ਚੱਲਦਾ, ਜਦੋਂ ਦਰਿਆ ਚੱਲਦਾ ਉਦੋਂ ਵੱਟ ਬੰਨੇ ਕੰਮ ਨਹੀਂ ਕਰਦੇ, ਦਰਿਆ ਆਪਣਾ ਰਸਤਾ ਚੁਣਦਾ। ਜਦੋਂ ਹਨੇਰੀ ਚੱਲਦੀ ਏ ਫਿਰ ਕੰਧਾਂ ਕੌਲੇ ਨਹੀਂ ਰੋਕ ਸਕਦੇ। ਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਇਹ ਹਨੇਰੀ ਦੇ ਦਰਿਆ ਚ ਲੈ, ਦੁਨੀਆ ਦੀ ਕੋਈ ਵੀ ਤਾਕਤ ਇਹਨੂੰ ਰੋਕ ਨਹੀਂ ਸਕਦੀ। ਸਿੱਖ ਨੂੰ ਸ਼ੰਕਾਵਾਦੀ ਨਹੀਂ ਹੋਣਾ ਚਾਹੀਦਾ। ਜਦੋਂ ਤੁਹਾਡੇ ਅੰਦਰ ਸ਼ੱਕ ਦੀ ਭਾਵਨਾ ਆ ਗਈ ਉਦੋਂ ਪਾਰਟੀਆਂ ਟੁੱਟ ਜਾਂਦੀਆਂ, ਲੀਡਰ ਅਸੀਂ ਆਪਣੇ ਕੋਲੋਂ ਖੋ ਲੈਂਦੇ ਹਾਂ, ਉਦੋਂ ਜਥੇਦਾਰੀਆਂ ਲਟਕ ਜਾਂਦੀਆਂ ਨੇ। ਆ ਤੁਹਾਡੀ ਹਾਜ਼ਰੀ, ਇੱਧਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਧ ਸੰਗਤ, ਇਸੇ ਤਰ੍ਹਾਂ ਚੱਲਿਓ, ਐਦੋਂ ਵੱਧ ਕੇ ਤੁਹਾਨੂੰ ਮੈਂ ਚਲਾਉਣਾ। ਤੇ ਜੋ ਤੁਸੀਂ ਨਹੀਂ ਸੋਚਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਪ੍ਰਾਪਤ ਕਰਕੇ ਦੇਣਾ। ਮੈਂ ਕਦੀ ਇਕੱਲਾ ਫੈਸਲਾ ਨਹੀਂ ਲੈਂਦਾ, ਮੈਂ ਅਕਸਰ ਵਾਰੀ ਵਾਰੀ ਔਰ ਬਹੁਤ ਵਾਰੀ ਕਹਿੰਦਾ ਕਿ ਜੋ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹਦੇ ਮੁਤਾਬਕ ਮੈਂ ਗੱਲ ਕਰਦਾ। ਆ ਪਿਛਲੇ 2 ਮਹੀਨਿਆਂ ਤੋਂ ਮੇਰੇ ਕੰਨਾਂ ਦੇ ਵਿੱਚ ਜਿਹੜੀ ਆਵਾਜ਼ ਪਈ, ਮੈਂ ਉਸ ਆਵਾਜ਼ ਦੇ ਮੁਤਾਬਕ ਆਪ ਜੀ ਨੂੰ ਦੱਸਣਾ ਚਾਹੁੰਦਾ। ਲੋਕ ਕਹਿੰਦੇ ਜਥੇਦਾਰ ਜੀ ਲੜਾਈ ਦਾ ਰੂਪ ਬਦਲ ਦਿਓ, ਸੰਗਤਾਂ ਮੰਗ ਕਰਦੀਆਂ ਨੇ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੋਰਚਾ ਖਤਮ ਨਹੀਂ ਹੋਇਆ, ਪਰ ਇਹਦੀ ਰੂਪਰੇਖਾ ਬਦਲ ਰਹੇ ਹਾਂ। ਹੁਣ ਅਸੀਂ ਉਹ ਰੂਪਰੇਖਾ ਲਿਆਵਾਂਗੇ ਜਿਸ ਰੂਪਰੇਖਾ ਦੇ ਨਾਲ ਜਿਹੜਾ ਇੱਥੇ ਨਹੀਂ ਵੀ ਪਹੁੰਚ ਸਕਿਆ, ਜਿਹੜਾ ਇੱਥੇ ਨਹੀਂ ਵੀ ਆ ਸਕਿਆ, ਉਹ ਵੀ ਤੁਹਾਡੇ ਮਗਰ ਮਗਰ ਛਾਲਾਂ ਮਾਰਦਾ ਭੱਜੇ। ਸੋ ਮੈਂ ਪੂਰੇ ਪੰਥ ਨੂੰ, ਪੂਰੀ ਕੌਮ ਨੂੰ ਮੱਦੇਨਜ਼ਰ ਰੱਖਦਾ ਹੋਇਆ, ਔਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਮੈਂ ਆਪਣੀ ਪੰਥ ਤੇ ਕੌਮ ਨੂੰ ਮੁੱਖ ਰੱਖਦਾ ਹੋਇਆ ਮੈਂ ਤੁਹਾਨੂੰ ਕਹਿ ਰਿਹਾ, ਖਾਲਸਾ ਜੀ ਇਹ ਜਿਹੜਾ 6.5 ਮਹੀਨੇ ਮੋਰਚਾ ਚੱਲਿਆ ਇਹਦੇ ਵਾਸਤੇ ਤੁਹਾਡਾ ਧੰਨਵਾਦ। ਅੱਜ ਤੋਂ ਬਾਅਦ ਇਹ ਮੋਰਚਾ ਨਵਾਂ ਰਸਤਾ ਤਿਆਰ ਕਰੂਗਾ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਐਲਾਨ ਹੋਊਗਾ।
ਸੋ ਮੈਂ ਸਾਰੀਆਂ ਸੰਗਤਾਂ ਨੂੰ ਜਥੇਦਾਰ ਹੋਣ ਦੇ ਨਾਤੇ ਕਹਿ ਰਿਹਾ ਅਕਾਲ ਤਖ਼ਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਇਸ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਮੈਂ ਚਾਹੁੰਦਾ ਕਿ ਕੋਈ ਮੋੜ ਦੇਣਾ। ਬਹੁਤ ਸਾਰੇ ਜਥੇਦਾਰਾਂ ਨੇ ਇਹਦੀ ਮਾਨ ਮਰਜ਼ਾਦਾ ਨੂੰ ਲਤਾੜਤਾ, ਪਰ ਅੱਜ ਉਹ ਮਾਨ ਮਰਜ਼ਾਦਾ ਮੈਂ ਸਿੱਖ ਦੇ ਸਿਰ ਦੇ ਉੱਤੇ ਰੱਖਣੀ ਚਾਹੁੰਦਾ। ਸੋ ਅੱਜ ਤੋਂ ਬਾਅਦ ਆਹ ਵਾਲਾ ਪੜਾਅ ਖਤਮ ਹੁੰਦਾ, ਅਗਲਾ ਪੜਾਅ ਸ਼ੁਰੂ ਹੋਊਗਾ। ਉਹਦੇ ਲਈ ਤਿਆਰੀ ਰੱਖੋ। ਤੁਸੀਂ ਇੱਕ ਸਿੰਘ ਦੀ ਗੱਲ ਕਰਦੇ ਹੋ, ਸੁਮੇਧ ਹਵਾਰੇ, ਮੈਂ ਇੱਕ ਵੀ ਸਿੰਘ ਜੇਲ੍ਹ 'ਚ ਨਹੀਂ ਰਹਿਣ ਦੇਣਾ, ਮੈਂ ਤੁਹਾਨੂੰ ਕਹਿ ਰਿਹਾ। ਸੋ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ 6 ਮਹੀਨੇ ਇੱਕ ਨਿਮਾਣੇ ਸਿੱਖ ਦਾ ਸਾਥ ਦਿੱਤਾ। ਆ ਜਿਹੜੀ ਸ੍ਰੀ ਸਾਹਿਬ ਹੈ ਨਾ ਸਾਡੀ, ਇਹ ਖੁੰਡੀ ਨਹੀਂ ਹੋਈ ਖਾਲਸਾ ਜੀ, ਸਰਕਾਰ ਸੁਣ ਲਵੇ, ਇਹਦੇ ਵਿੱਚ ਬੜੀ ਵੱਡੀ ਪਾਵਰ ਹੈ। ਖਾਲਸੇ ਦੀ ਸ੍ਰੀ ਸਾਹਿਬ ਜ਼ੁਲਮ ਕਰਦੀ ਨਹੀਂ, ਹਮੇਸ਼ਾ ਜ਼ੁਲਮ ਨੂੰ ਮਿਟਾਉਂਦੀ ਹੈ। ਜਿਹੜਾ ਜ਼ੁਲਮ ਪੰਜਾਬ ਦੇ ਵਿੱਚ ਹੋਇਆ, ਜਿਹੜਾ ਦੇਸ਼ ਦੇ ਵਿੱਚ ਹੋਇਆ, ਉਹਨੂੰ ਮਿਟਾ ਕੇ ਇੱਕ ਇਨਸਾਫ ਸੰਦ ਜਿਹੜਾ ਰਾਜ ਹੈ ਉਹ ਅਸੀਂ ਕਾਇਮ ਕਰਾਂਗੇ, ਜਿਹੜਾ ਸਾਰੇ ਲੋਕਾਂ ਨੂੰ ਪਸੰਦ ਹੋਊਗਾ। ਸੋ ਸਾਰੀਆਂ ਸੰਗਤਾਂ ਦਾ, ਸਾਰਿਆਂ ਵੀਰਾਂ ਦਾ, ਸਾਰੀਆਂ ਜਥੇਬੰਦੀਆਂ ਦਾ, ਸਾਰੇ ਸੰਤਾਂ ਮਹਾਂਪੁਰਸ਼ਾਂ ਦਾ, ਬੀਬੀਆਂ ਭੈਣਾਂ ਦਾ, ਮਾਈਆਂ ਦਾ, ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ। ਕੱਲ੍ਹ ਨੂੰ ਅਸੀਂ ਇੱਥੇ ਰਵਾਂਗੇ, ਇੱਥੇ ਹੀ ਰਵਾਂਗੇ ਕੱਲ੍ਹ ਨੂੰ। ਪਰਸੋਂ ਇੱਥੋਂ ਸ੍ਰੀ ਦਰਬਾਰ ਸਾਹਿਬ ਵਾਸਤੇ ਮੱਥਾ ਟੇਕਣ ਜਾਣਾ ਤੇ ਸੰਗਤਾਂ ਨਿਮਾਣੇ ਹੋ ਕੇ ਅਸੀਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ। ਅਗਲੇ ਮੋਰਚੇ ਦਾ, ਅਗਲੇ ਪੜਾਅ ਦਾ ਐਲਾਨ ਕਰਾਂਗੇ। ਕੱਲ੍ਹ ਨੂੰ ਅੱਜ ਤੱਕ ਜਿੰਨੇ ਵੀ ਸੇਵਾਦਾਰ ਇੱਥੇ ਸ਼ੁਰੂ ਤੋਂ ਲੈ ਕੇ ਸੇਵਾਦਾਰ ਕਰ ਕੀ ਸੇਵਾ ਕੀਤੀ ਹੈ, ਮਾਈਆਂ ਬੀਬੀਆਂ ਭੈਣਾਂ, ਰਾਗੀ ਢਾਡੀ ਬਰਗਾੜੀ ਦੀ ਸੰਗਤ, ਆਸੇ ਪਾਸੇ ਪਿੰਡਾਂ ਦੀ ਸੰਗਤ, ਸਾਰਿਆਂ ਨੂੰ ਸਨਮਾਨਿਤ ਕਰਾਂਗੇ। ਸਾਰੇ ਇੱਥੇ ਆਓ, ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।